ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ, ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਸਭ ਤੋਂ ਪਹਿਲਾਂ ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਦੂਸਰੀ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਤੁਹਾਡੇ ਨਾਲ, ਉਹ ਇਹ ਆ ਕਿ ਅੱਜ ਦਾ ਜਿਹੜਾ ਇਹ ਲਾਈਵ ਸੈਸ਼ਨ ਆ, ਇਹ ਕਿਸੇ ਵੀ ਇਮੀਗ੍ਰੇਸ਼ਨ ਪ੍ਰੋਡਕਟ, ਇਮੀਗ੍ਰੇਸ਼ਨ ਸਟੂਡੈਂਟ ਵੀਜ਼ਾ ਪ੍ਰੋਡਕਟ ਜਾਂ ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ਕਿਸੇ ਨਾਲ ਵੀ ਰਿਲੇਟਡ ਨਹੀਂ ਗਾ। ਪਲੀਜ਼ ਇਹਨੂੰ ਆਪਾਂ ਬੜੇ ਹੀ ਧਿਆਨ ਨਾਲ ਸੁਣਿਓ। ਕੁਝ ਗੱਲਾਂ ਇਹ ਜੀਆਂ ਬਣ ਜਾਂਦੀਆਂ ਨੇ ਜਿਨ੍ਹਾਂ ਦੇ ਉੱਤੇ ਬੋਲਣਾ ਬੜਾ ਜ਼ਰੂਰੀ ਹੋ ਜਾਂਦਾ, ਅਤੇ ਮੈਂ ਆਪਦਾ ਤਾਂ ਬੇਸਿਕਲੀ ਆਪਦੇ ਨਾਲ ਦੇ ਜਿਹੜੇ ਮੇਰੇ ਵੀਰ ਇਸੇ ਫੀਲਡ 'ਚ ਕੰਮ ਕਰਦੇ ਨੇ, ਜਿਨ੍ਹਾਂ ਦਾ ਰੋਜ਼ਗਾਰ ਸਟੂਡੈਂਟ ਵੀਜ਼ਾ 'ਤੇ ਟਿਕਿਆ ਹੋਇਆ, ਜਿਨ੍ਹਾਂ ਦੀ ਰੋਜ਼ੀ ਰੋਟੀ ਸਟੂਡੈਂਟ ਵੀਜ਼ਾ 'ਤੇ ਟਿੱਕੀ ਹੋਈ ਆ ਮੇਰੇ ਵਾਂਗੂ, ਉਹਨਾਂ ਲੋਕਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਜਦੋਂ ਕੋਈ ਇਨਸਾਨ, ਜਦੋਂ ਕੋਈ ਇਹੋ ਜਿਹੀ ਹਰਕਤ ਜਾਂ ਇਹੋ ਜਿਹੀ ਗਲਤ ਚੀਜ਼ ਸਾਡੇ ਵਿਦਿਆਰਥੀ ਵੀਰਾਂ ਬਾਰੇ ਬੋਲੀ ਜਾਂਦੀ ਆ ਜਾਂ ਸਾਡੇ ਵਿਦਿਆਰਥੀ ਵੀਰਾਂ ਵੱਲੋਂ ਕੀਤੀ ਜਾਂਦੀ ਆ ਕੈਨੇਡਾ ਵਿੱਚ, ਆਸਟ੍ਰੇਲੀਆ ਵਿੱਚ ਜਾਂ ਬਾਹਰਲੇ ਮੁਲਕਾਂ ਵਿੱਚ, ਤਾਂ ਪਲੀਜ਼ ਉਹਨਾਂ ਦੇ ਹੱਕ ਦੇ ਵਿੱਚ ਜਾਂ ਉਹਨਾਂ ਨੂੰ ਸਮਝਾਉਣ ਵਾਲੀਆਂ ਵੀਡੀਓਜ਼ ਜੋ ਉਹਨਾਂ ਦੇ ਲਈ ਸਹੀ ਰਾਹ ਸਾਬਤ ਹੋਣ, ਸਹੀ ਇੱਕ ਇਨਫੋਰਮੇਸ਼ਨ ਸਾਬਤ ਹੋਣ, ਤਾਂ ਜ਼ਰੂਰ ਅਪਲੋਡ ਕਰਦੇ ਰਿਹਾ ਕਰੋ। ਤਾਂ ਕਰਕੇ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਆ, ਅਸੀਂ ਐਜ਼ ਅ ਕਰੀਅਰ ਕੌਂਸਲਰ ਕੰਮ ਕਰਦੇ ਹਾਂ ਪੰਜਾਬ ਦੇ ਵਿੱਚ ਬੈਠ ਕੇ, ਅਤੇ ਸਾਡੇ ਜਿਹੜੇ ਪ੍ਰਸ਼ਾਦੇ ਆ, ਸਾਡੇ ਜਿਹੜੇ ਜੀਵਨ ਨਿਰਵਾਹ ਉਹਨਾਂ ਦੀ ਦਿੱਤੀ ਹੋਈ ਰੋਟੀ 'ਤੇ ਚੱਲਦੀ ਆ। ਅੱਜ ਜੋ ਮੈਂ ਵੀਡੀਓ ਅਪਲੋਡ ਕਰਨ ਲੱਗਿਆ, ਉਹਦਾ ਜਿਹੜਾ ਮੇਰਾ ਮੇਨ ਮਕਸਦ ਆ, ਉਹ ਆ ਪਿੱਛੇ ਜੇ 2-3 ਦਿਨ ਪਹਿਲਾਂ ਕਿਸੇ ਪਰਟੀਕੁਲਰ ਵੀਰ ਵੱਲੋਂ, ਕੈਨੇਡਾ ਦੇ ਰਹਿਣ ਵਾਲੇ, ਕੈਨੇਡਾ ਦੇ ਸਿਟੀਜ਼ਨ ਇਨਸਾਨ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ, ਜਿਹਦੇ ਵਿੱਚ ਦੱਸਿਆ ਗਿਆ ਕਿ ਸਾਡੇ ਜਿਹੜੇ ਬੱਚੇ ਆ, ਜਿਹੜੇ ਸਾਡੇ ਭਾਰਤੀ ਵਿਦਿਆਰਥੀ, ਪੰਜਾਬ ਦੇ ਵਿਦਿਆਰਥੀ ਜਿਹੜੇ ਕਿ ਕੈਨੇਡਾ ਪੜ੍ਹਨ ਗਏ ਹੋਏ ਆ, ਉਹਨਾਂ ਦੀ ਜਿਹੜੀ ਉੱਥੇ ਜੀਵਨ ਦੀ ਸਥਿਤੀ ਆ, ਜਿਹੜੀ ਉਹਨਾਂ ਦੀ ਜ਼ਿੰਦਗੀ ਆ, ਕੋਈ ਬਹੁਤ ਜ਼ਿਆਦਾ ਵਧੀਆ ਨਹੀਂ, ਬਹੁਤ ਜ਼ਿਆਦਾ ਵਧੀਆ ਨਹੀਂ ਕਹਿ ਸਕਦੇ ਆ ਕਿ ਉਹ ਤਾਂ ਉਹਦੇ ਵੱਲੋਂ ਦੱਸੇ ਗਏ ਸ਼ਬਦਾਂ ਅਨੁਸਾਰ ਤਾਂ ਉਹ ਕਹਿ ਰਿਹਾ ਕਿ ਬੇੜਾ ਗਰਕ ਹੋ ਚੁੱਕਿਆ। ਸਾਡੇ ਬੱਚੇ, ਸਾਡੇ ਮੁੰਡੇ ਡਰੱਗ ਡੀਲਰ ਬਣ ਚੁੱਕੇ ਨੇ, ਅਤੇ ਸਾਡੀਆਂ ਧੀਆਂ ਬਦ ਚੱਲਣ ਹੋ ਚੁੱਕੀਆਂ ਨੇ। ਇਹ ਜਦੋਂ ਮੈਂ ਕੱਲ੍ਹ ਪੜ੍ਹਿਆ ਤਾਂ ਮੇਰਾ ਵੀਰ ਇੱਕ ਆਮ ਹੀ, ਮੈਂ ਉਹਨਾਂ ਦੇ ਅਪਡੇਟਸ ਫੇਸਬੁੱਕ 'ਤੇ ਪੜ੍ਹਦਾ ਰਹਿੰਦਾ, ਸੋਤਾ ਸਾਹਿਬ ਨੇ, ਸ਼ਾਇਦ ਵੈਨਕੂਵਰ ਤੋਂ ਨੇ, ਬ੍ਰਿਟਿਸ਼ ਕੋਲੰਬੀਆ ਵਾਲੀ ਸਾਈਡ, ਸ਼ਾਇਦ ਉੱਥੇ ਰਹਿੰਦੇ ਨੇ, ਉਹਨਾਂ ਵੱਲੋਂ ਪਾਇਆ, ਤਾਂ ਉਹਨਾਂ ਨੇ ਇਹ ਚੀਜ਼ ਅਪਡੇਟ ਕੀਤੀ ਸਾਨੂੰ। ਤਾਂ ਉਹਨਾਂ ਨੇ ਜਦੋਂ ਲਿਖਿਆ ਹੋਇਆ ਸੀ ਉਸ ਵੀਰ ਦੇ ਵਿਰੋਧ ਦੇ ਵਿੱਚ ਵੀ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਤਾਂ ਮੈਂ ਪਰਟੀਕੁਲਰ ਜਾ ਕੇ ਉਸ ਪ੍ਰੈਸ ਨੋਟ ਨੂੰ ਪੜ੍ਹਿਆ, ਤਾਂ ਕਾਫੀ ਦੁੱਖ ਹੋਇਆ ਕਿ ਜੇ ਸਾਡੇ ਨੌਜਵਾਨ ਪੰਜਾਬ 'ਚ ਨੇ ਤਾਂ ਉਹ ਡਰੱਗੀ ਨੇ, ਜੇ ਅਸੀਂ ਮਿਹਨਤ ਕਰਕੇ ਕੈਨੇਡਾ ਪਹੁੰਚ ਗਏ ਤਾਂ ਅਸੀਂ ਡਰੱਗ ਡੀਲਰ ਬਣ ਗਏ, ਅਤੇ ਭੈਣਾਂ ਸਾਡੀਆਂ ਬਦਚੱਲਣ ਬਣ ਗਈਆਂ। ਜੇ ਮੈਂ ਉਸ ਵੀਰ ਨੂੰ ਇੱਕ ਇਨਫੋਰਮੇਸ਼ਨ, ਇੱਕ ਸੁਨੇਹਾ ਦੇਣਾ ਚਾਹੁੰਦਾ, ਜੇ ਘਰ ਦੇ ਵਿੱਚ ਛੋਟੀ ਮੋਟੀ, ਥੋੜ੍ਹੀ ਜਿਹੀ ਕੋਈ ਛੋਟੀ ਨਿੱਕੀ ਪ੍ਰੋਬਲਮ ਹੋਵੇ ਨਾ, ਉਹਦਾ ਢੰਡੋਰਾ ਬਾਜ਼ਾਰ 'ਚ ਆ ਕੇ ਨਹੀਂ ਪਿੱਟੀਦਾ, ਉਹਦੇ ਲਈ ਐਫਰਟ ਜਿਤਾਈਦੇ ਆ, ਉਹਨੂੰ ਸਹੀ ਕਰਨ ਦੇ ਲਈ, ਉਹਨੂੰ ਲੀਹ 'ਤੇ ਲਿਆਉਣ ਦੇ ਲਈ ਮਿਹਨਤ ਕਰੀਦੀ ਆ। ਪ੍ਰੈਸ ਨੋਟ ਜਾਰੀ ਕਰਕੇ ਅਸੀਂ ਕਿਸੇ ਦਾ ਕੋਈ ਭਲਾ ਨਹੀਂ ਕੀਤਾ, ਅਸੀਂ ਇਸ ਗਲਤ ਚੀਜ਼ ਨੂੰ ਪ੍ਰੈਸ ਦੇ ਵਿੱਚ ਲਿਆ ਕੇ, ਹਾਲਾਂਕਿ ਜਿਹਦਾ ਕੋਈ ਤੁਹਾਡੇ ਕੋਲ ਪ੍ਰੂਫ ਨਹੀਂ, ਕਿਸੇ ਕੋਈ ਅੰਕੜੇ ਕਿਸੇ ਅਖਬਾਰ ਨੇ ਨਹੀਂ ਕੱਢੇ, ਕੋਈ ਇਹਦੇ ਪਰਟੀਕੁਲਰ ਸਟੈਟਸ ਨਹੀਂ ਹੈਗੇ ਕਿੰਨੇ ਸਾਡੇ ਸਟੂਡੈਂਟ ਵੀਰ ਗਲਤ ਹੋ ਚੁੱਕੇ ਨੇ ਜਾਂ ਸਾਡੀਆਂ ਭੈਣਾਂ ਗਲਤ ਹੋ ਚੁੱਕੀਆਂ ਨੇ। ਸਿਰਫ ਅਸੀਂ ਆਪਦੀ ਕਿਆਸਰਾਈ ਤੋਂ ਇੱਕ ਐਡਾ ਵੱਡਾ ਪ੍ਰੈਸ ਨੋਟ ਜਾਰੀ ਕਰਤਾ ਕਿ ਸਾਡੇ ਇੰਡੀਆ ਰਹਿੰਦੇ ਉਹਨਾਂ ਦੇ ਮਾਪਿਆਂ 'ਤੇ, ਇੰਡੀਆ ਰਹਿੰਦੇ ਉਹਨਾਂ ਦੇ ਭੈਣ ਭਾਈਆਂ ਦੇ ਸਿਰ 'ਚ ਸਵਾਹ ਪੈ ਗਈ। ਇਸ ਚੀਜ਼ ਨੂੰ ਸਮਝਣਾ ਪਊਗਾ, ਜਿਨ੍ਹਾਂ ਦੇ ਬੱਚੇ 14,000 ਮੀਲ ਦੂਰ ਬੈਠੇ ਨੇ ਇੱਥੋਂ ਪੜ੍ਹਨ ਭੇਜੇ ਨੇ, ਜੇ ਉਹਨਾਂ 'ਚੋਂ 2-4 ਬੱਚੇ ਤੁਹਾਨੂੰ ਗਲਤ ਕਿਤੇ ਦਿਸ ਵੀ ਗਏ ਹੋਣਗੇ, ਲੱਖਾਂ ਦੀ ਗਿਣਤੀ ਦੇ ਵਿੱਚੋਂ ਜੇ 2-4 ਤੁਹਾਨੂੰ ਗਲਤ ਦਿਸ ਵੀ ਗਏ ਹੋਣਗੇ, ਤਾਂ ਤੁਸੀਂ ਉਹ ਮੰਦਹਾਲੀ ਹਰੇਕ ਦੇ ਸਿਰ 'ਤੇ ਧਰਤੀ ਜਾਂ ਹਰੇਕ ਦੇ ਮੱਥੇ 'ਤੇ ਮੜਤੀ, ਇਹ ਕੋਈ ਬਹੁਤਾ ਚੰਗਾ ਕੰਮ ਨਹੀਂ ਕੀਤਾ ਸੀ। ਬੱਚਿਆਂ ਨੇ, ਸਟੂਡੈਂਟਸ ਨੇ ਬੇਸਮੈਂਟਾਂ ਖਰਾਬ ਕੀਤੀਆਂ, ਮੈਂ ਸਟੂਡੈਂਟਸ ਨੂੰ ਕਿਹਾ ਨਾ ਕਰੋ। ਸਟੂਡੈਂਟਸ ਦੀ ਲੜਾਈ ਹੋਈ, ਮੈਂ ਕਿਹਾ ਆਪਾਂ ਨਹੀਂ ਲੜਨਾ, ਅਸੀਂ ਕੋਸ਼ਿਸ਼ ਕਰਨੀ ਆ, ਚੰਗੀ ਜੀਵਨ ਦੀ ਭਾਲ ਦੇ ਵਿੱਚ ਇੱਥੇ ਆਏ ਹਾਂ, ਅਸੀਂ ਚੰਗੀ ਜੀਵਨ ਦੀ ਭਾਲ ਖੋਜ ਦੇ ਵਿੱਚ ਇੱਥੇ ਆਏ ਹਾਂ, ਚੰਗੀ ਲਾਈਫ ਦੀ ਖੋਜ ਦੇ ਵਿੱਚ ਆਏ ਹਾਂ, ਅਤੇ ਅਸੀਂ ਚੰਗੀ ਲਾਈਫ ਹੀ ਜਿਉਣੀ ਆ। ਪਰ ਜਦੋਂ ਸਟੂਡੈਂਟਸ ਪ੍ਰਤੀ ਇਹੋ ਜਿਹੀਆਂ ਵਰਡਿੰਗਸ ਬਾਰ ਬਾਰ ਵਰਤੀਆਂ ਜਾਂਦੀਆਂ ਨੇ, ਪਹਿਲਾਂ ਵੀ ਵਰਤੀਆਂ ਗਈਆਂ ਨੇ ਕਿਸੇ ਰੇਡੀਓ ਟਾਕ ਸ਼ੋ ਦੇ ਵਿੱਚ, ਅਤੇ ਅੱਜ ਦੁਬਾਰਾ ਇਹ ਇੱਕ ਪ੍ਰੈਸ ਨੋਟ ਜਾਰੀ ਹੋਇਆ ਇੱਕ ਅਖਬਾਰ ਦੇ ਵਿੱਚ, ਕਿਸੇ ਬੜੇ ਹੀ ਕੋਈ ਰਿਸਪੋਂਸੀਬਲ ਬੰਦਾ ਹੀ ਆ ਕੋਈ, ਜਿਹਦਾ ਪ੍ਰੈਸ ਨੋਟ ਛਪਿਆ ਹੋਊਗਾ, ਮੈਨੂੰ ਨਹੀਂ ਪਤਾ ਉਹ ਕੌਣ ਆ ਵੀਰ, ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਵੀਰਾ, ਸਭ ਤੋਂ ਪਹਿਲਾਂ
अंकड़े पता कर लेने से कि किन्ने विद्यार्थी इतने पहुंचे ने ते हुण तक किन्ने विद्यार्थी आपदियां मेहनतां नाल कामयाब हो के घर लैके चंगे अहुदियां ते पहुंच के वड्डियां कारां वड्डे घर चंगी जीवन चंगा लाइफ आपदी ज्यों रहे ने ते किन्ने माड़े हो गए ने उन्हां अंकड़ियां नूं ध्यान च रख के कोई बयान देण दित्ता जांदा तां ज्यादा चंगा होना सी। क्योंकि जे 10 बंदे 10,000 विच्चों जे 2 बच्चों ने गलत स्टैप चक भी ले तां उह तां हर जगह ही हुंदे ने, वो भावें पंजाब आ भावें आस्ट्रेलिया भावें इंग्लैंड भावें न्यूजीलैंड भावें कोई भी कंट्री आ ते वह भावें इंटरनेशनल स्टूडेंट आ या उत्थों दे बॉर्न ब्रॉट आ बच्चे ने, वो कोई भी विगड़ सकता उन्ना क। ते असी वो तब्बा हर विद्यार्थी के मत्थे ते मरता, ये कोई बहुत ही चंगी गल नहीं की। तुसीं मैनू पता मेरे इस लाइव सैशन नू मेरे सिर्फ ते सिर्फ बिजनेस नाल ही जोड़िया जाऊगा। हाँ मैं बिजनेस कर रहा वा, मेरा बिजनेस इंटरनेशनल स्टूडेंट आ, इंटरनेशनल स्टूडेंट के जरिए मैं रोजी रोटी चलाना, पर एक दर्द जरूर आ भी फिर तुसीं ये दसो फिर असीं जाइए कित्थे। पंजाब के सारे मुंडे ड्रगी आ, सरकारां कहिंदियां ने, लोग कहिंदे ने, पार्टी जिहड़ियां पोलिटिकल पार्टीज़ वह कहिंदियां ने, बाहर बैठे वीर कहिंदे ने। ते जे असी आपदे बच्चों चंगी जीवन की चंगी लाइफ की भाल दे विच असी इत्थों बाहर भेजिया, वह मेहनत करके उत्थे पहुंचे ने, तो हुण उत्थे भी वह ड्रग डीलर बन के ते बद चलन बन के। मैनू एक चीज़ का आंसर दे दो भी वह जान कित्थे। मैं दोबारा फिर एक उस वीर नूं गल कह देना चाहुंदा कि घर की लड़ाई नूं चौंक च नहीं लैके आईदा, घर की प्रॉब्लम नूं घरे बैठ के हल करीदा, जलूस नहीं कढ़ाईदा चौंक दे विच लिया के। जे कोई ऐसी वैसी कोई माड़ी मोटी प्रॉब्लम है भी है ना, उन्हां बच्चों का उन्हां दी काउंसलिंग करो मिल के उन्हां नूं, जे तुहानूं कोई लगता जे तुहानूं कोई दिस रहा, आपदी होमां नूं पट्ठे ना पाओ, आपदी होमे नूं मठे पट्ठे पाए ने तुसीं उह बयान दे के, कोई बहुता चंगा काम नहीं किया। साडे विद्यार्थियों ने तुसीं खुद लिखा कि 80,000 करोड़ दीआं फीसां भरियां ने, पहले 5 वड्डे रेवीन्यू वाले बिजनेस जे तुसीं कनेडा दे चक लो ना, कनेडियन गौरमेंट दे पहले 5 सब तों वड्डे रेवीन्यू वाले बिजनेस उन्हां विचों एक बिजनेस आ इंटरनेशनल स्टूडेंट। अज एमाजोन वर्गियां कंपनियां जे कनेडा दे विच थां थां ऑफिस खोल रही हैं ना, थां थां वेयरहाउस खोल रहे, उहदा कारण इंटरनेशनल स्टूडेंट आ। क्योंकि असी लोग ही आ जिहड़े तुहानूं पढ़ी लिखी मेहनती ते आम लोगों नालों उत्थों दे वसनीकां नालों जिहड़े उत्थों दे रहिण वाले लोगों नालों सस्ती लेबर प्रोवाइड करते हैं। असी कमाउने भी आप, असी पढ़ते भी हाँ, असी प्रशादे भी आपदे आप तैयार करते हैं, असी लॉन्ड्री भी आप करते हैं, असी आपदे घर की सफाई भी आप करते हैं। ते तुसी एक मिनट च उन्हां बच्चों की कीती गई मेहनत, उन्हां बच्चों वल्लों रातां जागियां जांदियां ने जो नींदा भी पूरियां नहीं हुंदियां वीर जी उन्हां दियां, मैं रह के देखिया उन्हां दे नाल, मैं उन्हां दे नाल विचरदा, शायद तुहाडे नालों ज़्यादा ही विचरदा, कनेडा मैं घट आउंदा पर मैं उन्हां नाल विचरदा। जदों मैं उन्हां दी जिंदगी देखदा ना तां माण महसूस हुंदा कि जिन्हां लोकां नूं जे साडे रगां दे विच मेहनती खून दौड़दा, साडे पुरखां दा, साडे दादे पड़दादियां दा, साडे जो साडी जो ब्लड लाइन है, एक मेहनती ब्लड लाइन है, तो साडे इंटरनेशनल स्टूडेंट्स ने वो चीज़ साबित की, अप्रूव की दूसरे मुल्कों के जाके। मैं यही कहता तो जेडे पहलों के पहुंचे हुए पक्के वसनीक उन्होंने नहीं की, पर इंटरनेशनल स्टूडेंट्स की मेहनत तुहाडे नालों ज़्यादा वा, बगाने मुल्क चो बगाने बन के रहिंदे ने, कोई राइट्स नहीं, कोई उन्हां कोले अधिकार नहीं है, इंश्योरेंसा करा के बेचारे दिन रात पहला कॉलेज लाउंदे ने, फिर आपकी रोटी का इंतजाम जे मिल गई खा ली, जे पक गई किहड़ा कोई माँ बैठी उत्थे उन्हां नूं पका के देण वाली, जे आपकी जिहो जी रुखी मिसी पक गई वह खा लेंदे ने, जां बेचारे बाहरों खा के गुजारा करते हैं। असी तां उन्हां दे जे वह गुरद्वारे प्रशादा छकन जाते हैं सानूं तां वी प्रॉब्लम आ, जे वह टिम हॉटन्स ते खड़ के 10 मिनट कॉफी पीण दे लई झुंड बना के 10 मिनट उन्होंने गल्लां मार दियां सानूं तां वी प्रॉब्लम आ, जे उन्होंने वधिया गड्डियां ले लिया तो सानू तां भी प्रॉब्लम आ। यार साडे बच्चे ने उह तुहाडा तुहाडी कम्यूनिटी आ, हो यार तुसीं लोग ही उन्होंने बदनाम करन लग गए, तुसीं लोग ही असी आपदी कम्यूनिटी का तुसीं जलूस कढ़ना शुरू कर दिता। यार क्यों
सिर्फ इसे करके कि उन वो साढ़े वो बच्चे बड़े मेहनती ने, बड़े इंटैलीजेंट ने, मैनू मैनू मैं गल कह रहा, मैनू इस चीज़ लिए मैनू मजबूरन ये चीज़ कहनी पैंदी है कि तुहानू इस चीज़ का पता वा कि जिहड़े कनेडियन बॉर्न ब्रॉट बच्चे ने, इंडियन बच्चा कनेडियन बच्चे नालों ज़्यादा इंटैलीजेंट आ, ज़्यादा तेज आ, ज़्यादा मेहनती आ। शायद असी ये गल सानू हजम नहीं, सानू गवारा नहीं, पर प्लीज़ वो साढ़े तुहाडे चाचे ताया दे पुत धी पुत ने, जो तुसी ये जी माड़ी शब्दावली उन्हां वास्ते वरतदे हो ना, जे दो चार बच्चे गलत हो गए होणगे ते जे तुसी उन्हां नूं कहता भी जिशम फरोशी दे धंधे शुरू हो गए ने, 100 घड़ा पानी दा सिर च पै गया होऊ इत्थे बैठियां मावां दे धीआं दे पुत उन्हां दे भरावां दे उन्हां दे प्यौवां दे। इसलिए प्लीज़ मेरी हाथ बन के तुहानूं सब नूं बेनती आ यार, तुसी इहो जे प्रेस नोट जारी करने बंद करो। मैं फिर कह रहा, घर की लड़ाई नूं चौंक च नहीं लियाईदा, घर के कलेस नूं चौंक च नहीं लियाईदा, घर के कलेस नूं घरे नबेड़ीदा। साडी कम्यूनिटी, साडा घर आ, साडा परिवार आ, जे दो चार बच्चे कोई बच्चे गलत हो भी गए आ उन्हां नूं सुधारो, उन्हां वास्ते जाके प्रेस नोट ना जारी करो, उन्हां वास्ते जाके अखबारां च उन्हां बारे ये ना लिखो कि सारा स्टूडेंट तबका ही बिगड़ गया। जे मेरे वीरां नाल मैं गल करां जिहड़े उत्थे कारां सेल करदे ने, उन्हां तों जदों पुछीदा तां ओह इह कहिंदे ने कि सब तों वध स्टूडेंट्स कारां लैके जांदे ने, ओह कारां किते आए नहीं है, उन्हां नूं फ्री मिलदियां ने, अगलिया की खून पसीने की कमाई है, नाल पढ़ते ने, नाल कम करते ने, नाल आपदे प्रशादे पानी का इंतजाम करते हैं, सब कुछ वो आप करते हैं। सो मैनू माण आ मैनू आपदे स्टूडेंट वीरां ते, इस करके सिर्फ इस करके नहीं कि तुसीं मेरी रोजी रोटी हो, इस करके कि तुसीं आपदी कल्चर नूं मेहनत दे, जिहड़ा एक पर्टिकुलर मेहनत का कल्चर आ उहनूं तुसीं सांभ के रखिया, तुसीं प्रूव किया कि तुसीं किते भी जाओगे तुसीं कामयाब होकर दिखा सकते हैं। तो मैं हमेशा तुहाडे नाल हाँ, पर जिथे तुसीं गलत हुंदे हो मैं हमेशा उत्थे तुहानूं गलत किया, आपां लड़े मैं तुहानूं आपां नहीं लड़ना, आपां हमेशा चंगी लाइफ जिउण दे लई आए हाँ, तो चंगी लाइफ ही जिउणी आ असीं, आपदे आप नूं चंगा प्रूव करना, लड़ाई पिछे रीज़न कोई भी हो सकता, गलत चीज़ करन दा कोई भी सही तरीका नहीं हुंदा। तुसीं बेसमेंटा गंदियां कीतियां किसे दियां, मैं तुहानूं कहा भी अपने लिए आपां इह गलत ना काम करिए, भावें एक दो ही होईयां ने, इह ना होवे कि सारे स्टूडेंट्स नूं लोक इगनोर करन शुरू कर देण, पर जे कोई भी बंदा उत्थों दा पक्का वसनीक, उत्थों दा वैल सैटल्ड बंदा, जे अज्ज साडे पहुंचे हुए बच्चियां नूं डीफेम करने की कोशिश करूंगा तो असं उन्होंने हक के जरूर खड़ांगे, हमेशा खड़ते रहांगे, हमेशा बोलते रहांगे। तो मेरी यही आस आ दूसरे वीरां तो भी, प्लीज़ साडी रोजी रोटी ने वो बच्चे, तो तुहाडी रोजी रोटी नूं गाल पई आ, तुसीं भी बोलो, तुसीं भी कहो, तुसीं भी उन्होंने हक च खड़ो। इन्ना कहिंदा होया खिमा दा जाचकां जी, धन्यवाद।